ਸਭ ਜੀਉ ਪਿੰਡ ਦੀਆ ਦੁਦਿਆ ਪੇ ਦੁਦਿਆ ਪੇ ਕਰੇ ਲਾਇਆ ਜੇ ਹਾ ਤੂੰ ਹੁਕਮ ਕਰੇ ਤੇ ਤੂੰ ਕਰ ਹੁਕਮਾਵੇ ਜੇ ਹਾ ਤੁਦ ਤੁਰ ਲਿਖ ਪਾਇਆ ਪੰਜ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਪੰਚ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਧਾਰਿਤਵਾਨ ਸੇਵਕ ਸਰਦਾਰ ਮਾਨ ਸਿੰਘ ਜੀ ਸੰਸਾਰ ਚਰਨ ਆਪਣੇ ਗ੍ਰਹਿ ਵਿਖੇ ਪ੍ਰਸਿ ਕਰ ਕੇ ਪਰਸੋਂ ਦੋ ਰੋਏ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਹਨ। ਆਪ ਜੀ ਦੀ ਕਿਰਪਾ ਮੇਰ ਸਦਕਾ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਜੀ ਮੇਰੇ ਸੁਖ ਵਰਤਾਇਓ ਵਿਸ਼ੇ ਰੂਪ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। 84 ਲੱਖ ਦੇ ਗੇਟ ਤੋਂ ਹੱਥ ਦੇ ਕੇ ਰੱਖਣਾ ਪਿਛੇ ਪਰਿਵਾਰ ਭਾਣਾ ਬੰਦਾ ਬਾਲ ਬਖਸ਼ਿਸ਼ ਕਰਨਾ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ। ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ, ਪ੍ਰਭ ਕੀ ਅਕਥ ਕਹਾਣੀ, ਜਨ ਬੁਲੈ ਅੰਮ੍ਰਿਤ ਬਾਣੀ। ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਕਰਨਲ ਮਾਨ ਸਿੰਘ ਜੀ, ਜਿਨ੍ਹਾਂ ਨੇ ਆਪਣੀ ਸਾਰੀ ਜਵਾਨੀ ਦੇਸ਼ ਦੇ ਲਿਖੇ ਲਾਈ ਅਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਲੋਕਾਂ ਦੀ ਸੇਵਾ ਵਾਸਤੇ, ਬੱਚਿਆਂ ਦੀ ਸੇਵਾ ਵਾਸਤੇ, ਬੱਚਿਆਂ ਨੂੰ ਅੱਗੇ ਪੜ੍ਹਾਉਣ ਵਾਸਤੇ ਜਿੱਦਾਂ ਉਹ ਕਰਨ ਬਣੇ ਆ ਜੀ, ਉਹਨਾਂ ਦੀ ਮਨ ਸੀਗਾ ਕਿ ਸਾਡੇ ਬੱਚੇ ਵੀ ਅੱਗੇ ਵਧਣ ਇਸ ਇੰਟੀਰੀਅਰ 'ਚ, ਪੜ੍ਹਨ ਵੱਧ ਤੋਂ ਵੱਧ ਤੋਂ ਵੱਡੇ ਵੱਡੇ ਅਫਸਰ ਬਣਨ, ਉਹਨਾਂ ਦੀ ਇਹ ਤਮੰਨਾ ਜਿਹੜੀ ਹੈ। ਮਾਨ ਸਿੰਘ ਜੀ ਜਿੰਨੀ ਸ਼ਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ, ਵਾਹਿਗੁਰੂ ਜੀ ਦੇ ਚਰਨਾਂ 'ਚ ਜਾ ਵਿਰਾਜੇ ਨੇ। ਕਰਨ ਸਾਹਿਬ ਦੀ ਜੀਵਨ ਦੇ ਬਾਰੇ ਦੇ ਵਿੱਚ ਅਗਰ ਗੱਲ ਕਰੀਏ, ਮੇਰੇ ਤੋਂ ਪਹਿਲੇ ਬੋਲਣ ਵਾਲੇ ਗੱਲ ਕਰ ਰਹੇ ਸੀ, ਲੇਕਿਨ ਮੈਨੂੰ ਵੀ ਬਹੁਤ ਲੰਬਾ ਮੌਕਾ ਮਿਲਿਆ ਉਹਨਾਂ ਦੇ ਨਾਲ ਸਮਾਂ ਗੁਜ਼ਾਰਨ ਦਾ। ਜਿਹੜਾ ਵੀ ਰੋਲ ਕਰਨ ਸਾਹਿਬ ਨੂੰ ਮਿਲਿਆ, ਬਹੁਤ ਬਖੂਬੀ ਕਰਨ ਸਾਹਿਬ ਨੇ ਉਹ ਰੋਲ ਨੂੰ ਨਿਭਾਇਆ। ਆਤਮਿਕ ਸ਼ਾਂਤੀ ਵਾਸਤੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਆਏ ਇੱਥੇ ਸਾਧ ਸੰਗਤ ਜੀ, ਪਰਿਵਾਰ ਦੇ ਮਿੱਤਰੋ, ਸੰਬੰਧੀਓ, ਸ਼ਹਿਰ ਦੇ ਨਾਗਰਿਕੋ, ਬੜੇ ਅੱਛੇ ਔਰ ਸੁਲਝੇ ਲਫਜ਼ਾਂ ਦੇ ਵਿੱਚ ਅਗਲ ਵਾਸੂਦੇਵ ਜੀ ਨੇ ਇੱਕ ਚਿੱਤਰ ਜਿਹਾ ਅੱਖਰ ਚਿੱਤਰ ਕਰਨਲ ਸਾਹਿਬ ਜੀ ਦੇ ਬਾਰੇ ਵਿੱਚ। ਯਕੀਨਨ ਉਹ ਜਿੰਨੇ ਵੀ ਲਫ਼ਜ਼ ਉਹਨਾਂ ਨੇ ਕਹੇ ਕਰਨਲ ਮਾਨ ਸਿੰਘ, ਜਿਨ੍ਹਾਂ ਦੇ ਬਾਰੇ ਅੱਜ ਬੋਲਣ ਵਾਸਤੇ ਕਿਹਾ ਗਿਆ, ਮੈਂ ਉਹਨਾਂ ਦੀ ਉਹ ਤਸਵੀਰ ਦੇਖੀ ਹੈ ਕਿ ਜਦੋਂ ਇਹ ਜੇ ਸਕੂਲ ਦੀ ਸਥਾਪਨਾ ਇਹਨਾਂ ਨੇ ਨਵੀਂ ਨਵੀਂ ਕੀਤੀ, ਮੈਂ ਉਸ ਵੇਲੇ MLA ਸੀ ਔਰ ਮੇਰੇ ਬੱਚੇ, ਮੇਰੀਆਂ ਬੇਟੀਆਂ ਸਕੂਲ ਜਾਣ ਦੀ ਅਵਸਥਾ 'ਚ ਸੀ। ਅਸੀਂ ਸਾਰੇ ਇਕੱਠੇ ਹੋਏ ਹਾਂ ਕਰਨਲ ਮਾਨ ਸਿੰਘ ਜੀ ਦੇ ਪ੍ਰੇਅਰ ਮੀਟਿੰਗ 'ਚ। ਸਭ ਤੋਂ ਪਹਿਲੇ ਆਈ ਜਸਟ ਵਾਂਟ ਟੂ ਸੇ ਵਨ ਥਿੰਗ, ਮੇ ਗੋਡ ਰੈਸਟ ਹਿਸ ਸੋਲ ਇਨ ਪੀਸ ਐਂਡ ਗਿਵ ਸਟਰੈਂਥ ਟੂ ਫੈਮਿਲੀ, ਮੈਮ ਸ਼ਿਵਾਲਿਕਾ ਜੀ, ਗੁਰਕਿਰਪਾਲ ਜੀ, ਰਾਏ ਫੈਮਿਲੀ, ਢਿੱਲੋਂ ਫੈਮਿਲੀ ਐਂਡ ਬਹਿਲਾ ਫੈਮਿਲੀ, ਕਿ ਉਹ ਇਸ ਦੁੱਖ ਦੀ ਘੜੀ 'ਚੋਂ ਬਾਹਰ ਨਿਕਲ ਸਕਣ। ਬਟ ਐਟ ਦ ਸੇਮ ਟਾਈਮ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇਹਨਾਂ ਦਾ ਆਸ਼ੀਰਵਾਦ, ਇਹਨਾਂ ਦਾ ਸਹਿਯੋਗ ਇਹਨਾਂ ਬੱਚਿਆਂ ਨੂੰ ਇਸ ਇੰਸਟੀਚਿਊਟ ਤੋਂ ਮਿਲਦਾ ਰਹੇਗਾ, ਤਾਂ ਕਿ ਕਰਨਲ ਸਾਹਿਬ ਜੀ ਦੇ ਜਿਹੜੇ ਅਧੂਰੇ ਸੁਪਨੇ ਸਨ ਉਹਨਾਂ ਨੂੰ ਇਹ ਬੱਚੇ ਪੂਰਾ ਕਰ ਸਕਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਇੱਥੇ ਆਈ ਸੰਗਤ ਦਾ ਪਰਿਵਾਰ ਵੱਲੋਂ ਮੈਂ ਧੰਨਵਾਦ ਕਰਦਾ, ਸ਼ੁਕਰੀਆ ਅਦਾ ਕਰਦਾ। ਸਭ ਕੋ
ਅਰਦਾਸ ਓਮਕਾਰ
ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਏ, ਵਾਹਿਗੁਰੂ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਤਮ ਗੁਰੂ ਜੀ ਸੁੰਦਰ ਗਾਇ, ਗੁਰੂ ਨਾਨਕ ਲਈ ਪਿਆਏ, ਰੰਗਤ ਗੁਰਦੇ ਅਮਰਦਾਸ ਰਾਮਦਾਸਾਂ ਹੋਏ ਸਹਾਏ, ਅਰਜਨ ਹਰਿ ਗੋਬਿੰਦ ਨੋ ਸਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਨਿਆ, ਸ੍ਰੀ ਥਾਂ ਸੁਖ ਪਜਾਏ, ਠੀਕ ਬਹਾਦਰ ਸੁੰਦਰੀਆਂ, ਕਰ ਨੋਮ ਪਿਆਵਤਾਏ, ਸਾਧ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਾਧ ਥਾਈ ਹੋਏ ਸਹਾਏ, ਦਸਾਂ ਪਾਸ਼ਾ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਧਰ ਕੇ ਖਾਲਸਾ ਜੀ ਸਹਾਇ ਬੋਲੋ ਜੀ ਬੋਲਾ, ਜਿਨ੍ਹਾਂ ਨਾਮ ਜਪਿਆ ਮੰਨ ਕੇ ਛਕਿਆ, ਉਦੀਕ ਜਲਾਇ ਦੀਕ ਵਾਰੇ, ਜਿਨ੍ਹਾਂ ਸਿੰਘਾਂ ਸੰਗਣੀਆਂ ਧਾਰ ਖੋਪੜੀਆਂ ਲੁਹਾਈਆਂ, ਜਰਖੜੀਆਂ ਤੇ ਜੜੇ ਆਰਿਆਂ ਨਾਲ ਜਰਾਏ ਗਏ, ਬੋਲੋ ਜੀ ਬੋਲੋ ਜੀ ਬੋਲੋ ਜੀ ਪ੍ਰਥਮ ਵਾਹਿਗੁਰੂ ਵਾਹਿਗੁਰੂ ਪਿਤਰ ਨਾਮ ਗੁਰੂ ਖਾਲਸਾ ਜੀ ਸਾਹਿਬ ਗੁਰੂ ਨਾਮ ਸ਼ਰਾਏ ਬਖਸ਼ਿਸ਼ ਕਰੋ ਜੀ ਨਿਮਾਨਿਆਂ ਦੀ ਮਾਂ, ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਸਤਿਗੁਰੂ ਜੀ ਆਪ ਜੀ ਦੇ ਮਹਾਮਕ ਹਨ, ਕਿਰੈ ਵਾਰੀ ਆਪੋ ਆਪਣੀ ਤਮਾਨ ਸੇਵਕ ਸਰਦਾਰ ਮਾਨ ਸਿੰਘ ਜੀ ਸੰਸਾਰ ਦੇ ਆਪ ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪ੍ਰਸਤ ਕਰਕੇ ਪਰਸੋਂ ਦੋ ਰੋਏ ਤੋਂ ਧੁਰ ਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਕੀਤੇ ਹੋਏ ਹਨ, ਆਪ ਜੀ ਦੀ ਕਿਰਪਾ ਮੇਰ ਸਦਕਾ ਸੰਪੂਰਨ ਭੋਗ ਪਾਏ ਗਏ ਹਨ, ਸਤਿਗੁਰੂ ਜੀ ਭੋਗ ਤੋਂ ਪਰੰਤ ਆਪ ਦੇ ਝੂਰੀ ਅੰਦਰ ਕਰਿਓ, ਨਗਰ ਕਰੇ ਤੇ ਸੁਖ ਵਰਤਾਇਓ, ਵਿਸ਼ਰੇ ਰੂਮ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, 84 ਲੱਖ ਦੇ ਗੇਟ ਤੋਂ ਹੱਥ ਦੇ ਕੇ ਰੱਖਣਾ, ਪਿਛੇ ਪਰਿਵਾਰ ਭਾਣਾ ਮੰਦਾ ਬਾਲ ਬਖਸ਼ਿਸ਼ ਕਰਨਾ, ਪਰਿਵਾਰ ਵਿੱਚ ਤੰਦਰੁਸਤੀਆਂ ਦੇ ਰੋਗਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਗੁਰਮੁਖ ਪਰਿਵਾਰ ਨੇ ਆਈਆਂ ਸੰਤਾਂ ਵਾਸਤੇ ਦਾਤੇ ਪੰਚਮ ਕੜਾ ਪ੍ਰਸਾਦ ਦੇ ਸਜਾ ਕੇ ਹਾਜ਼ਰ ਕੀਤਿਆ, ਗੁਰੂ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਂਦੇ ਜਾ ਗਿਆ, ਬਖਸ਼ਿਸ਼ ਕਰਨੇ ਸਤਿਗੁਰੂ ਜੀ ਆਈਆਂ ਸੰਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਕੇ ਚਰਨਾਂ ਵਿੱਚ ਭੇਟਾ ਕੀਤੇ ਗਿਣਾ, ਗੁਰੂ ਪ੍ਰਵਾਨ ਹੋ ਖਾਵੇ ਖਰਚੇ ਰਲ ਮਿਲ ਪਾਏ, ਟੂਟ ਨਾ ਵੇ ਬਾਜ ਦੋ ਜਾਏ ਬਾਜ ਕਰ ਸਹਾਈ ਹੋਣਾ, ਸਤਿਗੁਰੂ ਜੀ ਕਹਿ ਸ਼ੰਤਿਆ ਜੀ ਕਹਿ ਜੋਰ ਆਨੰਦ ਸਾਹਿਬ ਜੀ ਕੀ ਭੋਗਤੀ ਅਰਦਾਸ, ਆਜ ਕੇ ਸ਼ੁਭ ਚਰਨਾਂ ਵਿਖੇ ਪਾਸ, ਆਪਣੇ ਪਵਿੱਤਰ ਹੁਕਮ ਨਾਲੇ ਬਖਸ਼ਿਸ਼ ਕਰਕੇ ਉਪਰੰਤ ਹੁਕਮ ਨਾਲੇ ਤੇ ਚੱਲਾਂ ਦੇ ਸਮਰੱਥਾ ਬਖਸ਼ਿਸ਼ ਕਰੋ, ਸਿੱਖ ਪੜ੍ਹਦੇ ਸੁਣਦੇ ਸਬੱਤੇ ਲਾਏ ਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭੱਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆ ਗਿਆ ਭਈ ਅਕਾਲ ਕੀ ਤਬੈ ਜਲਾਇਓ ਮੰਤਰ, ਸਭ ਸੇ ਮਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਕੋਚ ਹੈ ਕੋਚ ਸ਼ਬਦ ਹਰੇ ਰਾਜ ਕਰੇਗਾ, ਆਗੀ ਰਹਿ ਨ ਕੋਈ ਸ਼ਰਨ ਜੋ ਗੁਆਰ ਹੋਵੇ ਸਭ ਮਿਲਣਗੇ ਬਚੇ ਸ਼ਰਨ ਜੋ ਆਇਆ
सुकारे दाये बसाया जेते पारे ब्रह्म जेते आया सुकारे दाये बसाया सुख सागर गुर पाया जन बोलाय अमृत बाणी नानक दास बखानी गुरपुर ते जानी प्रभ की कथ कहानी जन बोलाय अमृत बाणी नानक दास बखानी गुरपुर ते जानी वाहिगुरु जी का खालसा वाहिगुरु जी की फतेह। अज असी सारे साढ़े बहुत ही सत्कारयोग करनल मान सिंह जी जिन्हां ने अपनी सारी जवानी देश दे लेखे लाई ते उस तो बाद एक बहुत वड्डी लोकां दी सेवा वास्ते बच्चों की सेवा वास्ते बच्चों नूं अगे पढ़ाने वास्ते जिद्दां उह करन बने आ जी उहनां दी मन सीगा कि साढ़े बच्चे भी अगे वधण इस इंटीरियर च पढ़न वध तों वध तां वड्डे वड्डे अफसर बन उन्हां दी ये तमन्ना जिहड़ी है वो साकार होने की तो मैं समझना ठीक सी क्योंकि साढ़े अज के मुख्यमंत्री तो उदों पंजाब प्रदेश कांग्रेस कमेटी के प्रधान कैप्टन अमरिंदर सिंह जी की अगवाई हेठ मोगा बाई इलेक्शन से साढ़े माझे के बहुत वधिया जरनैल साबका पंजाब यूथ कांग्रेस प्रधान साबका MLA सर जसवीर सिंह जी डिंपा ने भी एक यहोजे पिंड संभालिया जिसे प्लैनिंग बोर्ड का जोड़ा चेयरमैन से वह भी अकाली दल का सी ते मैंबर श्रोमणी गुरद्वारा प्रबंधक कमेटी का मैंबर भी कोई सी कैप्टन साहब कहते थे भी तू नौजवान है भी तू ही इस पिंड को सामभ सकता उस पिंड मैनू धर्मवीर सिंह जी हुंदल गुरकृपाल सिंह जी ढिलों साहब मोनू जी मतलब मोनू कहता इन्हों नेड़ियों विचरन का मौका मिले माली का पता वो बूटिया तो लगता भी कि यह खुशबू करते भी इस वे बहुत नेरी चली है अकाली दल की ये नौजवान उस वे डिंपा साहब न मुंडा ना मुंडा डा के इन्हों उ पिंड घर घर गए हैं हालात भी बड़े माड़े से उस वे खड़ता भी कोई नहीं उस वक्त का यह नौजवान मैं देखिया भी लड़ाई का घोड़ा है रथ के घोड़े तो सरकार आई जाते हैं पर लड़ाई का घोड़ा सी ये करनल साहब का एक फुलवाड़ी का बहुत वधिया एक खुशबूदार बूटा है असी आस करते हैं ये जड़ा उन्हां दी फुलवाड़ी का वधिया बूटा जिस तरह उन्होंने खुशबू खिलारी है समाज वधिया सेवा की है उन्होंने अपनी पूर्ण चल के ये दिन दुगनी रात चौगुनी सेवा करेगा इस परिवार के साथ बहुत ही सत्कारयोग बीबी जी बीबी अमरजीत कौर जी शिवालका ढिलों जी नूह साहब इन्हों सारे अफसोस प्रकट करने आए हो गुरु ग्रंथ साहब का
ਉਹ ਟਾਸਰਾ ਲੈਣ ਵਾਸਤੇ ਆਏ। ਟਾਈਮ ਬਹੁਤ ਹੋ ਗਿਆ ਪਰ ਫਿਰ ਵੀ ਸਾਡੇ ਵਿਚਕਾਰ ਬਹੁਤ ਨਾਮਵਰ ਹਸਤੀਆਂ ਆਈਆਂ। ਮੈਂ ਕਿਉਂਕਿ ਕਸੂਰ ਸਾਡਾ ਵੀ ਹੈ, ਟਾਈਮ ਥੋੜ੍ਹਾ ਜਿਹਾ ਅੱਗੇ ਹੋ ਗਿਆ, ਪਰ ਬੁਲਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਕਿਰਪਾਲਤਾ ਕਰਨ। ਮੈਂ ਸਭ ਤੋਂ ਪਹਿਲੇ ਪਠਾਨਕੋਟ ਦੇ ਮੇਅਰ ਸਾਹਿਬ ਸ਼੍ਰੀ ਅਨਿਲ ਵਾਸੂਦੇਵਾ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਮਾਈਕ 'ਤੇ ਆਉਣ। ਸ਼੍ਰੀ ਅਨਿਲ ਵਾਸੂਦੇਵਾ ਜੀ, ਰਚਨਾ ਪਵਿੱਤਰ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਕਰਨ ਮਾਨ ਸਿੰਘ ਜੀ ਜਿੰਨੀ ਸ਼ਵਾਸਾਂ ਦੀ ਪੂੰਜੀ ਲੈ ਕੇ ਆਏ ਸੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ, ਵਾਹਿਗੁਰੂ ਜੀ ਦੇ ਚਰਨਾਂ 'ਚ ਜਾ ਵਿਰਾਜੇ ਨੇ। ਕਰਨ ਸਾਹਿਬ ਦੀ ਜੀਵਨ ਦੇ ਬਾਰੇ ਦੇ ਵਿੱਚ ਅਗਰ ਗੱਲ ਕਰੀਏ, ਮੇਰੇ ਤੋਂ ਪਹਿਲੇ ਬੋਲਣ ਵਾਲੇ ਗੱਲ ਕਰ ਰਹੇ ਸੀ, ਲੇਕਿਨ ਮੈਨੂੰ ਵੀ ਬਹੁਤ ਲੰਬਾ ਮੌਕਾ ਮਿਲਿਆ ਉਹਨਾਂ ਦੇ ਨਾਲ ਸਮਾਂ ਗੁਜ਼ਾਰਨ ਦਾ। ਜਿਹੜਾ ਵੀ ਰੋਲ ਕਰਨ ਸਾਹਿਬ ਨੂੰ ਮਿਲਿਆ, ਬਹੁਤ ਬਖੂਬੀ ਕਰਨ ਸਾਹਿਬ ਨੇ ਉਹ ਰੋਲ ਨੂੰ ਨਿਭਾਇਆ। ਜਦੋਂ ਆਰਮੀ ਦੇ ਵਿੱਚ ਸੀਗੇ ਅਤੇ ਆਰਮੀ ਦੇ ਵਿੱਚ ਵੀ ਹਰ ਤਰ੍ਹਾਂ ਦੀ ਰੈਕਗਨੀਸ਼ਨ ਕਰਨ ਸਾਹਿਬ ਨੂੰ ਮਿਲੀ। ਉਹ ਸਮਾਂ ਸੀਗਾ, ਬੜਾ ਔਖਾ ਸਮਾਂ ਸੀ, ਅੱਜ ਵਰਗੀਆਂ ਸੁੱਖ ਸੁਵਿਧਾ ਉਦੋਂ ਨਹੀਂ ਹੁੰਦੀਆਂ ਸੀ, ਔਰ ਆਰਮੀ 'ਚ ਰਹਿੰਦੇ ਹੋਏ ਵੀ ਉਹਨਾਂ ਨੇ ਬੜਾ ਨਾਂ ਕਮਾਇਆ। ਔਰ ਜਦੋਂ ਆਰਮੀ 'ਚੋਂ ਰਿਟਾਇਰ ਹੋਏ ਅਤੇ ਐਜ਼ ਐਕਸ ਸਰਵਿਸਮੈਨ ਫਿਰ ਆਰਮੀ ਦੀ ਸੇਵਾ ਕਰਨ ਦੀ ਗੱਲ ਮਨ ਦੇ ਵਿੱਚ ਆਈ, ਔਰ ਉਹਦੇ ਨਾਲ ਨਾਲ ਸਾਧ ਸੰਗਤ ਜੀ, ਜਿਸਲੇ ਆਮ ਵਿਅਕਤੀ ਪੈਨਸ਼ਨ ਆਉਂਦਾ, ਆਪਣੇ ਜੀਵਨ ਦੇ ਵਿੱਚ ਆਰਾਮ ਕਰਨ ਦੀ ਉਹਦੀ ਇੱਕ ਨੀਅਤ ਬਣਦੀ ਹੈ, ਉਸ ਸਮਾਂ ਕਰਨਲ ਮਾਨ ਸਿੰਘ ਨੇ ਇਹ ਪ੍ਰੋਜੈਕਟ, ਇਹ ਐਂਟਰਪ੍ਰਨਰ ਲੋਕਾਂ ਦੀ ਸੇਵਾ ਦੇ ਲਈ, ਲੋਕਾਂ ਦੇ ਪਠਾਨਕੋਟ ਦੇ ਲੋਕਾਂ ਨੂੰ ਅੱਛੀ ਸਿੱਖਿਆ ਦੇਣ ਦੇ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਦੋਂ ਉਹਨੇ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਪਾਈ। ਇਹ ਉਹਨਾਂ ਦੀ ਹਿੰਮਤ ਸੀ, ਉਹਨਾਂ ਦੀ ਡੈਡੀਕੇਸ਼ਨ ਸੀ, ਬਹੁਤ ਹੀ ਇਮਾਨਦਾਰ ਸ਼ਖਸ, ਔਰ ਉਹਦਾ ਸਦਕਾ ਏਂਜਲ ਸਕੂਲ ਦਾ ਪੂਰੇ ਪਠਾਨਕੋਟ, ਗੁਰਦਾਸਪੁਰ, ਹਿਮਾਚਲ ਦੇ ਬਹੁਤ ਸਾਰੇ ਔਰ J&K ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਨਾਂ ਹੈ। ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਉਹਨਾਂ ਦੀ ਜੀਵਨੀ ਬਾਰੇ ਤਾਂ ਮੇਰੇ ਤੋਂ ਜਿਹੜੇ ਪਹਿਲਾਂ ਬੁਲਾਰੇ ਸੀ ਸਾਰਿਆਂ ਨੇ ਦੱਸ ਹੀ ਦਿੱਤਾ, ਲੇਕਿਨ ਕਰਨਲ ਸਾਹਿਬ ਵਰਗੇ ਬੰਦੇ ਪੈਦਾ ਹੋਣੇ ਬਹੁਤ ਮੁਸ਼ਕਲ। ਕਰਨਲ ਸਾਹਿਬ ਜਿਸ ਵੇਲੇ ਆਰਮੀ 'ਚੋਂ ਰਿਟਾਇਰ ਹੋ ਕੇ ਆਏ ਅਤੇ ਉਹਨਾਂ ਨੇ ਸਟੋਨ ਕ੍ਰੈਸ਼ਰ ਲਗਾਇਆ। ਮੇਰੇ ਉਹਨਾਂ ਨਾਲ ਕੋਈ ਪਿਛਲੇ 30 ਸਾਲਾਂ ਤੋਂ ਰਿਲੇਸ਼ਨ। ਕਰਨਲ ਸਾਹਿਬ ਬੜੇ ਸੋਫਟ ਸਪੋਕਨ, ਮਿਲਨਸਾਰ ਦੇ ਮਾਲਕ ਸੀ। ਉਹਨਾਂ ਦੀ ਇੱਛਾ ਸੀ, ਮੈਂ ਇੱਕ ਦਿਨ ਕਰਨਲ ਸਾਹਿਬ ਨੂੰ ਪੁੱਛਿਆ, ਕਰਨਲ ਸਾਹਿਬ ਕਿੱਥੇ ਫੌਜ, ਕਿੱਥੇ ਸਟੋਨ ਕ੍ਰੈਸ਼ਰ ਅਤੇ ਕਿੱਥੇ ਐਜੂਕੇਸ਼ਨ? ਉਹ ਕਹਿੰਦੇ ਮੇਰੀ ਧਰਮ ਪਤਨੀ ਐਜੂਕੇਸ਼ਨ ਲਾਈਨ 'ਚ ਹੈ, ਇਸ ਕਰਕੇ ਮੈਂ ਸਕੂਲ ਖੋਲ੍ਹਿਆ। ਕਿ ਤੁਹਾਨੂੰ ਸੁਣ ਕੇ ਹੈਰਾਨਗੀ ਹੋਊਗੀ ਕਿ ਇੱਕ ਸਕੂਲ ਉਹਨਾਂ ਨੇ ਆਪਣੀ ਕੋਠੀ 'ਚ ਖੋਲ੍ਹਿਆ ਸੀ, ਜਿਸ ਵੇਲੇ ਖੋਲ੍ਹਿਆ ਸੀ, ਅਤੇ ਅੱਜ ਤੁਸੀਂ ਸਾਰੇ ਦੇਖ ਰਹੇ ਹੋ। ਉਹਨਾਂ ਦੀ ਅੱਛਾਈਆਂ ਦੇ ਕਾਰਨ ਹੀ ਇਹ ਸਕੂਲ ਇੱਥੇ ਤੱਕ ਪਹੁੰਚ ਗਿਆ। ਮੈਂ ਆਪਣੀ ਸਟੋਨ ਕ੍ਰੈਸ਼ਰ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਸੰਬੰਧ ਅਰਪਿਤ ਕਰਦਾ ਅਤੇ ਪਰਮ ਪਿਤਾ ਪਰਮਾਤਮਾ ਅੱਗੇ ਇਹੀ ਬੇਨਤੀ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਬਿਲੀਵ ਕਰੇ ਅਤੇ ਪਰਿਵਾਰ ਨੂੰ ਇਹ ਸਦਮਾ ਸਹਿਣ ਦੀ ਸ਼ਕਤੀ ਦੇ। ਜੈ ਕਰਨਲ ਸਾਹਿਬ ਦੀ ਆਤਮਿਕ ਸ਼ਾਂਤੀ ਵਾਸਤੇ ਮਹਾਰਾਜ ਦੀ ਹਜ਼ੂਰ ਦੇ ਵਿੱਚ ਅੱਜ ਆਏ ਇੱਥੇ ਸਾਧ ਸੰਗਤ ਜੀ, ਪਰਿਵਾਰ ਦੇ ਮਿੱਤਰੋ, ਸੰਬੰਧੀਓ, ਸ਼ਹਿਰ ਦੇ ਨਾਗਰਿਕੋ, ਬੜੇ ਅੱਛੇ ਔਰ ਸੁਲਝੇ ਲਫਜ਼ਾਂ ਦੇ ਵਿੱਚ ਅਨਿਲ ਵਾਸੂਦੇਵ ਜੀ ਨੇ ਇੱਕ ਚਿੱਤਰ ਜਿਹਾ ਖਿੱਚ ਦਿੱਤਾ ਕਰਨਲ ਸਾਹਿਬ ਜੀ ਦੇ ਬਾਰੇ 'ਚ। ਯਕੀਨਨ ਉਹ ਜਿੰਨੇ ਵੀ ਲਫ਼ਜ਼ ਉਹਨਾਂ ਨੇ ਕਹੇ ਉਹ ਅਕਸ਼ਰਕਸ਼ਾ ਉਹਨਾਂ ਦੇ ਉੱਤੇ ਟੁੱਟ ਗਏ ਸਨ। ਜਿਹੜਾ ਵੀ ਸ਼ਖਸ ਉਹਨਾਂ ਦੇ ਅਰੀਨਾ ਦੇ ਵਿੱਚ ਆਇਆ, ਉਹਨਾਂ ਨਾਲ ਮਿਲਿਆ, ਉਹਨਾਂ ਦਾ ਹੋ ਗਿਆ। ਮੈਨੂੰ ਵੀ ਪਿਛਲੇ 20 ਸਾਲਾਂ ਤੋਂ ਵੱਧ ਕਰਨ ਸਾਹਿਬ ਦੇ ਨਾਲ ਮਿਲਣ ਦਾ, ਕੰਮ ਕਰਨ ਦਾ, ਗਾਏ ਵਗਾਏ ਅਗਰ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਏ ਉਹਦੇ 'ਤੇ ਗੱਲ ਕਰਨ ਦਾ ਮੌਕਾ ਮਿਲਿਆ, ਔਰ ਉਸ ਦੇ ਬਾਅਦ ਉਹਨਾਂ ਦੇ ਪਰਿਵਾਰ ਨਾਲ ਵੀ ਮੇਰੀ ਵਿਵਸਥਗੀ ਵਧੀ। ਮੈਂ ਮੰਨ ਕੇ ਚੱਲਣਾ ਕਿ ਬਹੁਤ ਭਾਰੀ ਨੁਕਸਾਨ ਹੋਇਆ ਪਰਿਵਾਰ ਦਾ ਤਾਂ ਹੋ ਗਿਆ, ਪਰ
पावन हजूरी च बैठी पैरी सात संगत आओ सारे मिलके पहले फतेह बुलाइए वाहेगुरु जी का खालसा वाहेगुरु जी की। कर्नल मान सिंह जिन्हों के बारे अज बोलने वास्ते कहा गया, मैं उन्हां दी वो तस्वीर देखी है कि जदों इह स्कूल की स्थापना इन्हां नवीं नवीं की, मैं उस वेले MLA सी और मेरे बच्चे मेरिया बेटियां स्कूल जाने की अवस्था थी। बतौर MLA कॉन्वेंट स्कूल वाले जड़ा कि उस वेले बड़ा हर किसी की कोशिश होती थी कि साल ना पहला उस स्कूल के अंदर बच्चों दाखिल कराया जाए, तो मैनू भी उन्होंने मौका दिता कि तुम इतने दाखिल कराओ। पर मैं कर्नल मान सिंह की जी मेहनत और लगन देखी, मैं वो दृश्य तुम दिखाना चाहना है कि अपनी कार के बच्चे लैके इतने स्कूल लैके आना और इतने उन्होंने चंगी शिक्षा देनी, उस चीज़ का मैं कायल होया। और मैं अपनी घर अपनी पत्नी नाल सलाह की कि जे बच्चों नूं पढ़ाना है तो उस जगह नहीं पढ़ाना कि जिते क्लास 50-50 बच्चे होण और बच्चे रुल जाण, असी उस स्कूल पढ़ाना है कि जिथे उन्हां दी देखभाल पर्सनली कॉलेज के चेयरमैन या स्कूल के चेयरमैन आप करन। जी पहले पहला जी नमस्ते जी, अज असी सारे इकट्ठे होए हैं कर्नल मान सिंह जी दे प्रेयर मीटिंग। सब तो पहले आई जस्ट वांट टू से वन थिंग, मे गॉड रेस्ट हिज सोल इन पीस एंड गिव स्ट्रेंथ टू फैमिली। मैम शिवालिका जी, गुरकृपाल जी, राय फैमिली, ढिल्लो फैमिली एंड बहला फैमिली कि वो इस दुख की घड़ी तो बाहर निकल सकन। बट एट द सेम टाइम मैं एक गल कहना चाहना कि यू शुड ऑल बी प्राउड ऑफ हिम, इट्स अ मैटर ऑफ प्राइड कि यह साढ़े जन्म लिया साढ़े पठानकोट। देखो दो चीज़ा होंगे असी फॉलो करने हैं जिंद सब तो ज़्यादा रिस्पैक्ट होंगी है, वन इज़ आर्मी, अदर इज़ एजुकेशन। तो मान सिंह जी, कर्नल मान सिंह जी, ही वॉज एन आर्मी, ही वॉज इन आर्मी ऑलसो एजुकेशनिस्ट, अपने स्कूल क्रिएट किए। वो कहना बड़ा आसान है जी, करना बड़ा मुश्किल है। सो वी आर प्राउड कि उन्होंने आके इतने अपने स्कूल बनाए, बिकॉज आई पर्सनली फील जिस तरह मेयर साहब ने भी किया, मेरे सीनियर्स बोल के गए ने कि आफ्टर रिटायरमेंट एवरी वन वॉन्ट्स टू रिलैक्स और बह के आराम करना चाहते हैं। नाउ एंजल पब्लिक स्कूल पठानकोट, एंजल कॉन्वेंट स्कूल महन रहन HP, एंजल कॉलेज ऑफ एजुकेशन, असी आई ऑल्सो वॉन्टेड टू क्रिएट अ स्कूल। मैं एजुकेशन से काफ़ी काम कर रहे हैं जी, इट्स वेरी डिफिकल्ट। इट्स जो आया वो चल सी, सबकी आई बारी है। इस माँ बाप अनुसार साढ़े सारिया के पूजनी समाज सेवी कर्नल मान सिंह जी ढिल्लों उन्होंने अज आप अंतिम अरदास के इस परिवार को प्यार करने वाले, इस परिवार के नाल एक सांझ रखने वाले, अज उन्होंने मुक्ति वास्ते, अज उन्होंने मोक्ष वास्ते दसा गुरु की जोत जुगो जुग अटल साहब श्री गुरु ग्रंथ साहब जी की पावन पवित्र गोद के अपने जुबान ते करदास लैके कत्तर हुए हैं। मैनू इंस्पीरेशन मिलती है, एक हौसला मिलता है, जिस ढंग का कर्नल मान सिंह होना ने एक स्ट्रगल की एक मुकाम ते पहुंचे, इस इलाके नूं एक अपने परिवार नूं चंगी सेहत दिती, बच्चों को चंगी सेहत दिती। अजकल तुसी देखिया है कि वड्डे वड्डे जिहड़े कारपोरेट हाउसिस ने
ਉਹ ਐਜੂਕੇਸ਼ਨ ਦੇ ਵਿੱਚ ਆ ਚੁੱਕੇ ਨੇ। ਤੁਸੀਂ ਕਿਤੇ ਲੈ ਲਓ, ਮੈਂ ਕਿਸੇ ਚੇਨ ਦਾ ਨਾਂ ਨਹੀਂ ਲੈਣਾ, ਵੱਡੇ ਵੱਡੇ ਆਪਾਂ ਸਕੂਲਾਂ ਦੀ ਗੱਲ ਕਰਦੇ ਹਾਂ, ਉਹਦੀ ਬ੍ਰਾਂਚ ਪਠਾਨਕੋਟ ਵੀ ਹੈ, ਦਿੱਲੀ ਵੀ ਹੈ, ਚੰਡੀਗੜ੍ਹ ਵੀ ਹੈ, ਕਈ ਹੋਰ ਇਸ ਤਰ੍ਹਾਂ ਦੇ ਤੁਹਾਨੂੰ ਕਾਰਪੋਰੇਟ ਹਾਊਸਿਸ ਮਿਲਣਗੇ ਜਿਹੜੇ ਐਜੂਕੇਸ਼ਨ 'ਚ ਆ ਰਹੇ। ਪਰ ਮੈਂ ਇੱਕ ਗੱਲ ਦਾ ਮਦਈ ਹਾਂ ਕਿ ਜਿਹੜੀ ਵਿਦਿਆ ਹੈ ਉਹ ਇੱਕ ਪੈਸ਼ਨ ਹੈ, ਉਹ ਦਿਲੋਂ ਤੁਸੀਂ ਹਰ ਬੱਚੇ ਨੂੰ, ਜਿਸ ਤਰ੍ਹਾਂ ਮੈਂ ਕਿਤੇ ਪੜ੍ਹਿਆ ਸੀ, ਕਹਿੰਦੇ ਸੀ ਐਵਰੀ ਚਾਈਲਡ ਇਜ਼ ਯੂਨੀਕ, ਹਰ ਬੱਚੇ ਨੂੰ ਜੇ ਪਰਸਨਲ ਕੇਅਰ ਦਿੱਤੀ ਜਾਵੇ ਤਾਂ ਹੀ ਉਸ ਦੀ ਪਰਸਨੈਲਿਟੀ ਦੇ ਵਿੱਚ ਇੱਕ ਨਿਖਾਰ ਆਉਂਦਾ, ਉਹ ਇੱਕ ਚੰਗਾ ਸ਼ਹਿਰੀ ਬਣਦਾ, ਜਿਹੜਾ ਵਾ ਉਸਦਾ ਸਫ਼ਰ ਜਿਹੜਾ ਵਾ ਉਹ ਸ਼ੁਰੂ ਹੁੰਦਾ। ਕਰਨਲ ਮਾਨ ਸਿੰਘ ਜੀ ਨੇ ਹਰ ਬੱਚੇ ਨੂੰ ਇੱਦਾਂ ਪਿਆਰ ਦਿੱਤਾ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਸ਼ਿਵਾਲਿਕਾ ਉਹਨਾਂ ਦੀ ਨੌਂ ਹੈ, ਮੈਂ ਇਸ ਨਾਲ ਸਹਿਮਤ ਨਹੀਂ। ਸ਼ਿਵਾਲਿਕਾ ਉਹਨਾਂ ਦੀ ਧੀ ਸੀ, ਧੀ ਵਾਂਗੂ ਉਹਨਾਂ ਨੇ ਇਹਨੂੰ ਗਾਈਡ ਕੀਤਾ, ਤਰਾਸ਼ਿਆ। ਭਾਵੇਂ ਮੈਂ ਅੱਜ ਪੂਰੇ ਜ਼ਿੰਮੇਵਾਰੀ ਦੇ ਨਾਲ ਅਜੇ ਕਹਿ ਸਕਦਾ ਕਿ ਇਹ ਲੜਕੀ ਅਤੇ ਸਾਡਾ ਛੋਟਾ ਵੀਰ ਗੁਰੂ ਕਿਰਪਾਲ ਸਿੰਘ ਢਿੱਲੋਂ ਇਹ ਇਸ ਇੰਸਟੀਟਿਊਟ ਨੂੰ ਦੋ ਚਾਰ ਸਟੈਪ ਉੱਪਰ ਲੈ ਕੇ ਜਾਣਗੇ, ਇਸ ਨੂੰ ਵਧੀਆ ਤਰਾਸ਼ ਕੇ ਹੋਰ ਤਕੜਿਆ ਕਰਨਗੇ, ਕਿਉਂਕਿ ਇਹਨਾਂ ਨੂੰ ਗੁੜਤੀ ਕਦਲ ਮਾਨ ਸਿੰਘ ਦੀ ਹੈ, ਜਿਨ੍ਹਾਂ ਨੇ ਦਿਨ ਰਾਤ ਨਾ ਰਾਤ ਵੇਖਿਆ ਨਾ ਦਿਨ ਵੇਖਿਆ, ਨਾ ਧੁੱਪ ਵੇਖੀ ਨਾ ਛਾਂ ਵੇਖੀ, ਨਾ ਸੋਕਾ ਵੇਖਿਆ ਨਾ ਪਾਣੀ ਵੇਖਿਆ। ਉਹਨਾਂ ਦੇ ਇੱਕ ਸਿੱਧੇ ਜਿਹੇ ਤਰੀਕੇ ਦੇ ਨਾਲ ਇਸ ਇਲਾਕੇ ਨੂੰ ਇੱਕ ਚੰਗੀ ਸੰਸਥਾ ਦੇਣ ਵਾਸਤੇ ਉਹਨਾਂ ਨੇ ਇਸ ਵਾਸਤੇ ਸੰਘਰਸ਼ ਕੀਤਾ। ਜਦੋਂ ਵੀ ਕਦਲ ਸਾਹਿਬ ਤੋਂ ਬੈਠਣਾ, ਮੈਂ ਕਈ ਵਾਰ ਦੇਖਦਾ ਹਾਂ ਕਿ ਇਹਨਾਂ ਦਾ ਆਸ਼ੀਰਵਾਦ, ਇਹਨਾਂ ਦਾ ਸਹਿਯੋਗ ਇਹਨਾਂ ਬੱਚਿਆਂ ਨੂੰ ਇਸ ਇੰਸਟੀਚਿਊਟ ਨੂੰ ਮਿਲਦਾ ਰਹੇਗਾ, ਤਾਂ ਕਿ ਕਰਨਲ ਸਾਹਿਬ ਜੀ ਦੇ ਜਿਹੜੇ ਅਧੂਰੇ ਸੁਪਨੇ ਸਨ ਉਹਨਾਂ ਨੂੰ ਇਹ ਬੱਚੇ ਪੂਰਾ ਕਰ ਸਕਣ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਇੱਥੇ ਆਈ ਸੰਗਤ ਦਾ ਪਰਿਵਾਰ ਵੱਲੋਂ ਮੈਂ ਧੰਨਵਾਦ ਕਰਦਾ, ਸ਼ੁਕਰੀਆ ਅਦਾ ਕਰਦਾ ਅਤੇ ਬੇਨਤੀ ਕਰਦਾ ਕਿ ਸਾਰਿਆਂ ਨੇ ਲੰਗਰ ਛਕ ਕੇ ਜਾਣਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।